ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਔਰ ਸੂਬੇ ਦੀ ਭਗਵੰਤਮਾਨ ਸਰਕਾਰ ਦੀ ਗੱਲ ਕਰੀਏ ਤੇ ਅੱਜ ਇੱਕ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਈ ਆ ਸਰਕਾਰ ਕਿਉਂਕਿ ਜਿਸ ਧੰਗ ਦੇ ਨਾਲ ਪਿਛਲੇ ਕਾਫੀ ਸਮਾਂ ਤੋਂ ਡਿਮਾਂਡ ਸੀ ਕਿ ਏਜੀ ਆਫਿਸ ਦੇ ਵਿੱਚ ਵੀ ਆਰਕਸ਼ਨ ਜਿਹੜਾ ਉਹ ਸ਼ੁਰੂ ਕੀਤਾ ਜਾਏ ਹਾਲਾਂਕਿ ਨਹੀਂ ਹੋਇਆ ਆਰਕਸ਼ਨ ਪਿਛਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਵਿਵਾਦ ਹੁੰਦਾ ਵੀ ਇੱਕ ਨਜ਼ਰ ਆਇਆ ਸੀ ਲੇਕਿਨ ਉਸ ਤੋਂ ਬਾਅਦ ਅੱਜ ਭਗਵੰਤਮਾਨ ਸਰਕਾਰ ਇੱਕ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਈ ਹੈ ਕੈਬਨਿਟ ਮਨਿਸਟਰ ਲਾ ਚੰਦ ਕਟਾਰੂ ਚਕਤੀ ਸਾਡੇ ਨਾਲ ਨੇ ਗੱਲਬਾਤ ਕਰਨਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੂਬੇ ਦੀ ਭਗਵੰਤਮਾਨ ਸਰਕਾਰ ਦੀ ਤਰਫੋਂ ਜਿਹੜਾ ਇੱਕ ਵੱਡਾ ਫੈਸਲਾ ਲਿਆ ਗਿਆ ਔਰ ਇੱਕ ਵੱਡੀ ਰਾਹਤ ਵੀ ਕਿਤੇ ਨ ਕਿਤੇ ਮਹਿਸੂਸ ਕੀਤੀ ਜਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਬਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਸਮੁੱਚੇ ਦੇਸ਼ ਸੇ ਅੰਦਰ ਇੱਕ ਬਦਲਾਅ ਦੀ ਲਹਿਰ ਚੱਲ ਰਹੀ ਹੈ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ ਤੇ ਮੈਨੂੰ ਉਹ ਘੜੀਆਂ ਉਹ ਦਿਨ ਯਾਦ ਨੇ ਜਦੋਂ ਅਸੀਂ ਚੋਣਾ ਦੇ ਦੌਰਾਨ ਘਰ-ਘਰ ਜਾ ਕੇ ਇਸ ਗੱਲ ਦਾ ਸੁਨੇਹਾ ਇਸ ਗੱਲ ਦਾ ਨਾਰਾ ਮਨ ਲੋਕਾਂ ਚ ਚਲਾਉਂਦੇ ਸਾਂ ਆ ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ ਕੇਜਰੀਵਾਲ ਕਰਨਗੇ ਪੂਰਾ ਔਰ ਅਜੋ ਜਥਾਰਥ ਜਿਹੜਾ ਆ ਉਹ ਅਸੀਂ ਆਪਣੇ ਸਾਹਮਣੇ ਦੇਖ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਏਜੀ ਆਫਿਸ ਦੇ ਅੰਦਰ ਜਿਹੜੇ ਲਾ ਆਫੀਸਰ ਨੇ ਜਿਹੜੇ ਮਤਲਬ 58 58 ਅਸੀਂ ਕਹਿ ਸਕਦੇ ਹਾਂ 160 ਤਾਂ ਪਹਿਲਾਂ ਪੋਸਟਾਂ ਹੈਗੀਆਂ ਨੇ ਫਿਲ ਹੋ ਗਈਆਂ ਸੋ ਇੱਕ ਐਕਸਟਰਾ ਸਰਕਾਰ ਨੇ ਜਿਹੜਾ ਅ ਜਾਰਡੀਨਸ ਜਾਰੀ ਕਰਕੇ 58 ਜਿਹੜੇ ਐਸਸੀ ਸਮਾਜ ਦੇ ਵਿੱਚੋਂ ਦਲਿਤ ਸਮਾਜ ਦੇ ਵਿੱਚੋਂ ਲਾਭ ਸਿਰ ਮਤਲਬ ਲਾਉਣ ਦਾ ਫੈਸਲਾ ਕੀਤਾ ਔਰ ਮੈਂ ਸਮਝਦਾ ਇਹ ਉਸ ਵਰਗ ਨੂੰ ਜਿਹੜਾ ਵਰਗ ਸਦੀਆਂ ਤੋਂ ਇੱਕ ਸਮਾਜਿਕ ਨਿਆਂ ਦੀ ਉਮੀਦ ਰੱਖਦਾ ਆ ਔਰ ਖਾਸ ਕਰਕੇ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਜਿਹਦੇ ਅੰਦਰ ਇੱਕ ਸਮਤਾ ਸਮਾਜ ਦੀ ਸਿਰਜਣਾ ਦਾ ਇੱਕ ਚਲਕਾਰਾ ਹੈਗਾ ਇੱਕ ਨਿਰਦੇਸ਼ ਹੈਗਾ ਸੋ ਮੈਂ ਸਮਝਦਾ ਵੀ ਲਾਹ ਦੇ ਇੱਕ ਖੇਤਰ ਦੇ ਅੰਦਰ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈਗਾ ਔਰ ਨਾ ਕੇਵਲ ਪੰਜਾਬ ਬਲਕਿ ਸਮੁੱਚੇ ਦੇਸ਼ ਦੇ ਅੰਦਰ ਇੱਕ ਪਹਿਲਾ ਮਤਲਬ ਡਿਸੀਜਨ ਹੈਗਾ 75 ਸਾਲਾਂ ਦੀ ਆਜ਼ਾਦੀ ਦੇ ਬਾਅਦ ਜੀ ਕਈ ਸਰਕਾਰਾਂ ਆਈਆਂ ਕਿ ਸਰਕਾਰਾਂ ਗਈਆਂ ਖਾਸ ਕਰਕੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਲੰਬਾ ਸਮਾਂ ਦਲ ਸਵਾਜ ਦੀਆਂ ਵੋਟਾਂ ਲਈਆਂ ਔਰ ਹਰ ਵੇਲੇ ਵੋਟਾਂ ਲੈਣ ਦੇ ਲਈ ਇੱਕ ਉਹ ਨਾਅਰਾ ਲਾਉਂਦੇ ਰਹੇ ਆ ਮਤਲਬ ਵੀ ਅਸੀਂ ਤੁਹਾਡੀ ਪਾਰਟੀ ਆ ਅਸੀਂ ਤੁਹਾਡਾ ਸਾਡੇ ਤੋਂ ਬਿਨਾ ਗੁਜ਼ਾਰਾ ਨਹੀਂ ਔਰ ਬੀਜੇ ਵੀ ਜਿਨ੍ਹਾਂ ਨੇ ਮਤਲਬ ਪਿਛਲੇ ਆਪਾਂ ਕਹਿ ਸਕਦੇ ਆ 2014 ਤੋਂ ਲੈ ਕੇ ਕੇਂਦੇ ਦੀ ਸੱਤਾ ਤੇ ਲਗਾਤਾਰ ਹੈਗੀ ਆ ਸੋ ਇਹ ਇਹ ਹੁਣ ਤੈਹ ਹੋ ਗਿਆ ਇਹ ਜਿਹੜਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਆਇਆ ਫੈਸਲਾ ਔਰ ਮੈਂ ਕਹਿਣਾ ਇਹ ਚਾਹਣਾ ਵੀ ਹੁਣ ਭਾਜਪਾ ਤੇ ਕਾਂਗਰਸ ਨੂੰ ਵੀ ਆਪਣੇ ਸੂਬਿਆਂ ਦੇ ਅੰਦਰ ਇਹ ਪਹਿਲ ਕਦਮੀ ਕਰਕੇ ਇਹ ਸਾਬਤ ਕਰਨਾ ਚਾਹੀਦਾ ਵੀ ਅਸੀਂ ਵੀ ਜਿਹੜਾ ਆ ਉਹ ਸੱਚਮੁੱਚ ਇਸ ਸਮਾਜ ਦੇ ਹਿੱਤਾਂ ਦਾ ਖਿਆਲ ਰੱਖਣ ਵਾਲੇ ਜੌਣਾ ਦੇ ਪੱਖ 'ਚ ਮਤਲਬ ਜਿਹੜਾ ਆ ਉਹ ਕਰੋਨਾ ਜਿਹੜੇ ਉਹ ਅਖੌਤੀ ਦਾਵੇ ਕਰਦੇ ਰਹੇ ਆ ਉਹਨਾਂ ਨੇ ਵੀ ਇਹ ਪ੍ਰੀਖਿਆ ਦੀ ਘੜੀ ਹੈਗੀ ਆ ਵੀ ਉਹਦੇ ਲਈ ਉਹ ਕਦਮ ਠਾੜ ਔਰ ਮੈਂ ਫਿਰ ਦੁਬਾਰਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਖਾਸ ਕਰਕੇ ਦੇਖੋ ਅਸੀਂ ਇੱਕ ਸਮਤਾ ਸਮਾਜ ਦੀ ਕਲਪਨਾ ਕਰਦੇ ਆ ਉਸ ਪਰਪਜ ਨੂੰ ਹਾਸਲ ਕਰਨ ਦੇ ਲਈ ਸਾਨੂੰ ਅੱਜ ਪਹਿਲ ਕਦਮੀਆਂ ਦੀ ਲੋੜ ਹੈ ਤੇ ਖਾਸ ਕਰਕੇ ਤੁਹਾਡੇ ਨਾਲ ਮੈਂ ਇੱਕ ਘਟਨਾ ਦਾ ਜਰੂਰ ਸ਼ੇਅਰ ਕਰਦਾ ਉਦਾਂ ਦਾ ਦਲਤ ਉਤਪੀੜਨ ਦੀਆਂ ਬਹੁਤ ਵੱਡੀਆਂ ਮੰਦ ਭਾਗੀਆਂ ਘਟਰਾਵਾ ਸਾਡੇ ਦੇਸ਼ ਚ ਵਾਪਰਦੀਆਂ ਰਹਿੰਦੀਆਂ ਆ ਪਰ ਅਸੀਂ 75 ਸਾਲਾਂ ਦੀ ਜ਼ਾਦੀ ਤੋਂ ਬਾਅਦ ਇੱਕਵੀਂ ਸਦੀ ਦੀ ਮਤਲਬ ਜਦ ਕਹ ਸਕਦਾ ਸਾ ਅਸੀਂ ਹੈਗੇ ਆ ਔਰ ਇਹਨਾਂ ਦਿਨਾਂ ਦੇ ਅੰਦਰ ਇੱਕ ਬੱਚਾ ਜਿਹੜਾ ਪਾਣੀ ਮੰਗਦਾ ਪਾਣੀ ਦੇ ਘੜੇ ਨੂੰ ਸੂਹ ਲੰਦਾ ਔਰ ਉੱਚ ਜਾਤੀ ਹੰਕਾਰ ਨਾਲ ਭਰਿਆ ਜਿਹੜਾ ਟੀਚਰ ਹੈ ਕਿਵੇਂ ਉਸ ਬੱਚੇ ਨੂੰ ਮਤਲਬ ਜਿਹੜਾ ਆ ਜਾਨਵਰਾਂ ਵਾਂਗ ਕੁੱਟ ਕੇ ਉਹਨੂੰ ਉਹਨੂੰ ਸ਼ਹੀਦ ਕਰ ਦਿੰਦਾ ਉਹਨੂੰ ਮੋਦ ਘੜ ਉਤਾਰ ਦਿੰਦਾ ਤੋਂ ਇਥੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਅਜੇ ਵੀ ਜਿਹੜਾ ਸਮਾਜਿਕ ਨਿਆਂ ਦਾ ਸੰਕਲਪ ਸਾਡੇ ਕਨਸਟੀਟਿਊਸ਼ਨ ਦੇ ਅੰਦਰ ਸਾਡੇ ਗੁਰੂਆਂ ਨੇ ਵੀ ਮਤਲਬ ਜਿਹੜਾ ਬਹੁਤ ਵੱਡਾ ਜਿਹੜਾ ਹੈ ਆਪਣੀ ਬਾਣੀ ਦੇ ਅੰਦਰ ਆਪਾਂ ਕਹਿ ਸਕਦੇ ਹਾਂ ਇਹ ਸਨੇਹ ਦਿੱਤੇ ਆ ਲੇਕਿਨ ਬਹੁਤ ਕੁਝ ਅਜੇ ਕਰਨ ਦੀ ਲੋੜ ਹੈ ਔਰ ਮੈਂ ਫਿਰ ਦੁਬਾਰਾ ਦਿਲ ਦੀ ਗਹਿਰਾਈਆਂ ਤੋਂ ਆਪਣੇ ਮਹਿਬੂਬ ਆਗੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਇੱਕ ਬੜਾ ਵੱਡਾ ਦਲੇਰਾਨਾ ਔਰ ਹਿਸਟੋਰੀਕਲ ਫੈਸਲਾ ਲਿਆ ਔਰ ਇਹਦਾ ਕਾਫੀ ਵੱਡਾ ਅਸਰ ਜਿਹੜਾ ਹੈ ਉਹ ਦਲਿਤ ਸਮਾਜ ਦੇ ਜੀਵਨ ਦੇ ਉੱਤੇ ਪਊਗਾ ਬਿਲਕੁਲ ਮੰਤਰੀ ਜੀ ਜਿਸ ਢਾਂਗ ਦੇ ਨਾਲ ਜਦੋਂ ਵੀ ਆਰਖਣ ਦੀ ਗੱਲ ਆਉਂਦੀ ਹੈ ਤੇ ਆ ਗੱਲ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਯੋਗਤਾ ਤੇ ਆਧਾਰ ਤੇ ਜਿਹੜਾ ਉਹ ਵੀ ਆਰਖਣ ਹੋਣਾ ਚਾਹੀਦਾ ਹੈ ਯੋਗਤਾ ਜਿਹੜੀ ਹੈ ਉਹ ਫਿਕਸ ਹੋਣੀ ਚਾਹੀਦੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹੁਣ ਵੀ ਜਿਹੜੀ ਆਰਖਣ ਦੀ ਆ ਗੱਲ ਚੱਲੀ ਹੈ ਇਸ ਨੂੰ ਲੈ ਕੇ ਵੀ ਕਿੰਤੂ ਪਰੰਤੂ ਜ਼ਰੂਰ ਉੱਠਦਾ ਹੈ ਨਜ਼ਰ ਆਏਗਾ ਇੱਥੇ ਵੀ ਸਵਾਲ ਜ਼ਰੂਰ ਚੁੱਕੇ ਜਾਣਗੇ ਤੇ ਓਵਰਆਲ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਦੋ ਦੋ ਗੱਲਾਂ ਹਨ ਆਪਾਂ ਇੱਕ ਖੇਤ ਦੇ ਅੰਦਰ ਫਸਲ ਬੀਜਦੇ ਆ ਕਨਾਲ ਦੇ ਖੇਤ ਨੂੰ ਨਾ ਬਰਾਬਰ ਦਾ ਪਾਣੀ ਮਿਲਦਾ ਨਾ ਬਰਾਬਰ ਦੀ ਉਹਨੂੰ ਖਾਦ ਮਿਲਦੀ ਆ ਸੋ ਇਸ ਕਰਕੇ ਆਪਾਂ ਕਿਵੇਂ ਕੰਪੈਰੀਸ਼ਨ ਕਰਾਂ ਵੀ ਦੋਵੇਂ ਖੇਤਾਂ ਦੀ ਫਸਲ ਇੱਕੋ ਜਿਹੀ ਹੋਵੇ ਜਦੋਂ ਜੇ ਤੁਸੀਂ ਬਰਾਬਰਤਾ ਦਾ ਹੀ ਇਦਾਂ ਦੀ ਗੱਲ ਆਪਾਂ ਸੋਚਦੇ ਆ ਤੇ ਫਿਰ ਮੈਂ ਸਮਝਦਾ ਵੀ ਬਰਾਬਰ ਦਾ ਪਾਣੀ ਬਰਾਬਰ ਦੀ ਸਾਰਾ ਕੁਝ ਉਹਨੂੰ ਮਿਲਣਾ ਚਾਹੀਦਾ ਇੱਕ ਸਮਾਜ ਹੈ ਜਿਸ ਨੂੰ ਨਾਂ ਪ੍ਰਾਪਰ ਖਰਾਕ ਹੈਗੀ ਆ ਨਾ ਉਹਦੇ ਲਈ ਮੇਨ ਜੋ ਪ੍ਰੋਡਕਸ਼ਨ ਉਹਦੇ ਕੋਲ ਹੈਗਾ ਆ ਤੇ ਉਹ ਬਹੁਤ ਵੱਡੀਆਂ ਗੱਲਾਂ ਨੇ ਮਤਲਬ ਜਿਹੜੀਆਂ ਸਾਨੂੰ ਸਮੁੱਚੇ ਇੱਕ ਮਾਨਵੀ ਐਟੀਟਿਊਡ ਤੋਂ ਮੈਂ ਸਮਝਦਾ ਆ ਵੀ ਸਾਨੂੰ ਸਾਹਮਣੇ ਰੱਖੜੀਆਂ ਚਾਹੀਦੀਆਂ ਸੋ ਇਸ ਕਰਕੇ ਕਨਸਟੀਟਿਊਸ਼ਨ ਦੇ ਅੰਦਰ ਜਿਹੜੀ ਇੱਕ ਭਾਗੀਦਾਰ ਦੀ ਆਪਾਂ ਗੱਲ ਕਰਦੇ ਆ ਅੱਜ ਤੁਸੀਂ ਮਹਿਲਾਵਾਂ ਨੂੰ ਕਹੋ ਮਹਿਲਾਵਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਚ ਉੱਠਣਾ ਸਭ ਤੋਂ ਪਹਿਲਾਂ ਉਹਨੇ ਚੌਂਕੇ 'ਚ ਜਾਣਾ ਤੇ ਸਭ ਤੋਂ ਅਖੀਰ ਰਾਤ ਨੂੰ ਨੇ ਸਾਰਾ ਸਾਫ ਕਰਕੇ ਸੋਣਾ ਅਸੀਂ ਕੰਪੈਰੀਸ਼ਨ ਕਰੀਏ ਵੀ ਉਹ 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 ਨੂੰ ਮਤਲਬ ਜਿਹੜਾ ਆ ਸੋ ਆਪਾਂ ਮੌਕੇ ਤਾਂ ਦੇਈ ਉਹਨਾਂ ਨੂੰ ਆਪਾਂ ਕਰਸੀ ਫੇਰ ਕੇ ਦੇਖੀਏ ਮਰਦ ਪਹਿਲਾਂ ਜਾਗਰ ਸੋਈ ਦੇ ਅੰਦਰ ਸਾਨੂੰ ਵੀ ਪਤਾ ਲੱਗੇ ਵੀ ਉੱਥੇ ਮਤਲਬ ਤੁਮਾਗੇਵੇਂ ਲੱਗਦਾ ਉੱਥੇ ਰੋਟੀ ਕਿਵੇਂ ਬਣਦੀ ਆ ਭਾਂਡੇ ਕਿਦਾਂ ਮੰਜਣੇ ਪੈਂਦੇ ਆ ਸੋ ਇਸ ਕਰਕੇ ਬਰਾਬਰਤਾ ਲਿਆਉਣ ਦੇ ਲਈ ਥੋੜੇ ਥੋੜੇ ਜਿਹੜੇ ਆ ਸਾਨੂੰ ਅਜੇ ਪਹਿਲ ਕਦਮੀਆਂ ਇਦਾਂ ਦੇ ਕਰਨੇ ਪੈਣਗੇ ਜੇ ਸਮਾਜ ਇਕਲ ਹੋ ਜੇ ਤਾਂ ਫਿਰ ਸਭੇ ਗੱਲਾਂ ਜਿਹੜੀਆਂ ਨੇ ਇਹ ਚੋਂ ਬੰਦਾ ਜਿਹੜਾ ਬਾਲਮਿਕੀ ਭਾਈਚਾਰਾ ਪਿਛਲੇ ਦਿਨਾਂ ਦੇ ਵਿੱਚ ਉਸਨੇ ਵੀ ਆਹੀ ਡਿਮਾਂਡ ਕੀਤੀ ਸੀ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਸੀ ਇਸ ਦੇ ਨਾਲ ਇੱਕ ਹੋਰ ਡਿਮਾਂਡ ਕੀਤੀ ਸੀ ਕਿ ਸਾਭਕਾ ਇਹ ਜੀ ਦੀ ਤਰਫੋਂ ਕੁਝ ਸ਼ਬਦਾਵਲੀਆਂ ਇਹੋ ਜੀ ਬੋਲੀਆਂ ਗਈਆਂ ਸੀ ਜਿਸ ਤੇ ਉਹਨਾਂ ਨੇ ਇਤਰਾਜ਼ ਜਤਾਇਆ ਸੀ ਉਹ ਕਹਿੰਦੇ ਮੰਦ ਭਾਗੀ ਸ਼ਬਦਾਵਲੀਆਂ ਨੇ ਉਹ ਕਹਿੰਦੇ ਸੀ ਇਸ ਦੇ ਖਿਲਾਫ ਵੀ ਐਕਸ਼ਨ ਦਿੱਤਾ ਜਾਏ ਕਿਹਾ ਉਸ ਸੰਦਰਭ ਦੇ ਵਿੱਚ ਵੀ ਕੋਈ ਕੋਈ ਗੱਲਬਾਤ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਕੀ ਹਾਂ ਉਸ ਸ਼ਬਦਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਕੀ ਕਹਿਣਾ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈ ਅਸੀਂ ਤਾਂ ਅੱਜ ਪੀਸੀ ਕੀਤੀ ਹੈ ਤੁਹਾਡੇ ਸਾਹਮਣੇ ਸਾਰੇ ਸਾਡੇ ਸਤਕਾਰਯੋਗ ਕੈਬਨਿਟ ਮਨਿਸਟਰ ਸਾਡੇ ਐਮਐਲਏ ਸਾਹਿਬਾਨ ਨੇ ਅਸੀਂ ਤਾਂ ਸੀਐਮ ਸਾਹਿਬ ਦਾ ਧੰਨਵਾਦ ਕੀਤਾ ਅੱਜ ਔਰ ਇਹ ਗੱਲ ਪੰਜਾਬ ਦੇ ਲੋਕਾਂ ਨੇ ਜਿਹੜਾ ਵਾਅਦਾ ਕੀਤਾ ਸੀਗਾ ਆਵਾਜ਼ੀ ਪਾਰਟੀ ਨੇ ਚੋਣਾਂ ਦੇ ਦੌਰਾਨ ਉਹਨੂੰ ਅਸੀਂ ਜਿਹੜਾ ਆ ਉਹ ਅੱਜ ਅਮਲਾਂ 'ਚ ਲਾਗੂ ਹੁੰਦਾ ਦੇਖ ਰਹੇ ਹਾਂ ਉਹ ਸਾਡੇ ਲਈ ਬੜਾ ਹਿਸਟੋਰੀਕਲ ਡੇ ਹੈ ਬਿਲਕੁਲ ਕਾਫੀ ਹਿਸਟੋਰੀਕਲ ਡੇ ਹੈ ਧੰਨਵਾਦ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਇੱਕ ਵੱਡਾ ਫੈਸਲਾ ਲੈਂ ਸਲਾ ਨਹੀਂ ਹੋਇਆ ਜਿਹੜਾ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲੈਂਦੀ ਹੋਈ ਨਜ਼ਰ ਆਈ ਹੈ ਯਾਨੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦਾ ਜਿਹੜਾ ਏਜੀ ਆਫਿਸ ਹੈ ਉਸ ਦੇ ਵਿੱਚ ਜਿਸ ਢੰਗ ਦੇ ਨਾਲ 58 ਪੋਸਟਾਂ ਦਾ ਰੱਖਵਾ ਕਰਨ ਜਿਹੜਾ ਕੀਤਾ ਗਿਆ ਉਸ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਇਆ ਨੇ ਮੰਤਰੀ ਜੀ ਇੱਕ ਹੋਰ ਵੱਡਾ ਮਸਲਾ ਇਹ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਹੈ ਫੂਡ ਟਰਾਂਸਪੋਰਟ ਕੋਟਾਲਾ ਜਿਸ ਨੂੰ ਲੈ ਕੇ ਕਾਂਗਰਸ ਜਿਹੜੀ ਹੈ ਉਹ ਭਗਵੰਤ ਮਾਨ ਸਰਕਾਰ ਦੇ ਉੱਪਰ ਵਿਜੀਲੈਂਸ ਦੇ ਉੱਪਰ ਕਈ ਸਵਾਲ ਵੀ ਖੜੇ ਕਰਦੀ ਨਜ਼ਰ ਆ ਰਹੀ ਹੈ ਕੱਲ ਵੀ ਤੁਸੀਂ ਇੱਕ ਜਿਹੜਾ ਅਫਸਰ ਸੀ ਉਸ ਨੂੰ ਡਿਸਮਿਸ ਕਰਦੇ ਹੋਏ ਨਜ਼ਰ ਆਇਆ ਓਵਰঅল ਅਸਲ ਮਾਮਲਾ ਕੀ ਹੈ ਕਿੰਨਾ ਵੱਡਾ ਘੁਟਾਲਾ ਹੈ ਔਰ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਕਿਆ ਕਿਸੇ ਤਰ੍ਹਾਂ ਦੀ ਵੈਂਡੇਟਾ ਪੋਲਿਟਿਕਸ ਹੈ ਜਾਂ ਜਾਂਚ ਦੇ ਵਿੱਚ ਸਬੂਤ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਨਹੀਂ ਦੇਖੋ ਅਸਲ ਮਾਮਲਾ ਤੇ ਪੰਜਾਬ ਨੂੰ ਜਿਹੜਾ ਕਿਵੇਂ ਲੁੱਟਿਆ ਗਿਆ ਕਿੰਨਾ ਲੁੱਟਿਆ ਗਿਆ ਤਾਂ ਚਲੋ ਅਜੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸਲ ਮਾਮਲਾ ਇਹ ਹੈਗਾ ਵੀ ਪੰਜਾਬ ਜਿਹਨਾਂ ਲੋਕਾਂ ਦੇ ਹੱਥਾਂ ਚ ਰਿਹਾ ਪਿਛਲੇ ਲੰਬੇ ਸਮੇਂ ਤੋਂ ਵਰਤੀ ਪਾਰਟੀਆਂ ਨੇ ਕਿਵੇਂ ਉਹਨਾਂ ਨੇ ਪੰਜਾਬ ਦੀ ਮਤਲਬ ਜਿਹੜੀ ਆ ਸਰਜਮੀ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਆ ਔਰ ਉਸ ਲੁੱਟ ਨੂੰ ਜਦੋਂ ਸਾਹਮਣੇ ਉਹ ਆਈ ਹੈ ਨਾ ਕੇਵਲ ਲੁਧਿਆਣਾ ਦੇ ਅੰਦਰ ਹੋਰ ਬਹੁਤ ਸਾਰੇ ਖੇਤਰ ਦੇ ਅੰਦਰ ਉਹ ਜਿਹੜੇ 11 ਮਰਿਆਦਤ 11 ਪਾਰਲੀਮੈਂਟ ਹੀ ਮੈਂ ਕਹਿ ਸਕਦਾ ਆਪਾਂ ਸੁਹਾ ਖਾ ਕੇ ਜਾਣਿਆ ਕਨਸਟੀਟਿਊਸ਼ਨ ਦੀ ਵੀ ਅਸੀਂ ਲੋਕਾਂ ਨਾਲ ਨਿਆਂ ਕਰਾਂਗੇ ਅਸੀਂ ਬਿਨਾ ਪੱਖਪਾਤ ਤੋਂ ਕੰਮ ਕਰਾਂਗੇ ਔਰ ਕਿਵੇਂ ਉਹ ਪੱਖਪਾਤ ਜਿਹੜੇ ਸਾਹਮਣੇ ਆ ਰਹੇ ਆ ਤੁਸੀਂ ਟਰਾਂਸਪੋਰਟ ਦੇ ਟੈਂਡਰ ਦਿੱਤੇ ਆ ਟੈਂਡਰਾਂ ਦੇ ਅੰਦਰ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਨੰਬਰ ਆ ਰਹੇ ਆ ਆਪਣੇ ਚੁਹੇਤਿਆਂ ਨੂੰ ਕਰੋੜਾ ਰੁਪਈਆ ਦਾ ਕਰੋੜਾ ਰੁਪਈਆ ਦਾ ਲਾਭ ਪਹੁੰਚਾਇਆ ਆ ਔਰ ਇਹ ਸਿੱਧਾ ਸਿੱਧਾ ਪੰਜਾਬ ਦੇ ਜਨਮਾਨਸ ਦੀ ਲੁੱਟ ਹੈਗੀ ਆ ਹਾਂ ਇਹ ਕਿੰਨੀ ਆ ਕਿਸ ਪੱਧਰ ਤੱਕ ਹੋਈ ਹੈ ਇਹਦੇ ਵਿੱਚ ਕੌਣ-ਕੌਣ انوالو ہے ਇਹ ਅਜੇ ਪੜਤਾਲ ਦਾ ਕੰਮ ਚੱਲ ਰਿਹਾ ਆ ਤੋ ਸਹਜੇ ਸਹਜੇ ਸਾਰੇ ਤੱਥ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਜਿਹੜਾ ਆ ਉਹ ਆਊਗਾ ਔਰ ਮੈਂ ਆਸ ਕਰਦਾ ਉਮੀਦ ਕਰਦਾ ਨਾ ਜੋ ਮੁੱਖ ਮੰਤਰੀ ਜੀ ਜਿਹੜਾ ਖਟਖੜ ਕਲਾਂ ਤੋਂ ਪ੍ਰਣ ਕਰਕੇ ਤੁਰੇ ਨੇ ਸੌਖਾ ਆ ਕੇ ਤੁਰੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਨਾ ਕੇਵਲ ਗੁੱਡ ਗਵਰਨਸ ਦੇਣੀ ਆ ਬਲਕਿ ਇਕ ਨੂੰ ਨੂੰ ਕਰਪਸ਼ਨ ਮੁਕਤ ਪੰਜਾਬ ਵੀ ਦੇਣਾ ਇੱਕ ਜਿਉਂਦਾ ਜਗਤ ਦਾ ਪੰਜਾਬ ਤਾਂ ਹੀ ਬਣੂਗਾ ਜੇ ਇਥੇ ਆਮ ਬੰਦੇ ਦੀ ਗੱਲ ਸੁਣੀ ਜਾਵੇ ਤੇ ਜਿਹੜੇ ਪੰਜਾਬ ਨਾਲ ਠਗੀ ਕਰਨ ਵਾਲੇ ਆ ਉਸ ਲਾਖਾਂ ਪਿੱਛੇ ਹੋਣ ਕਾਨੂੰਨ ਦੇ ਘੇਰੇ ਅੰਦਰ ਆਉਣ ਇਹ ਲਗਾਤਾਰ ਚੱਲ ਰਿਹਾ ਹੈ ਇਸੀ ਮਸਲੇ ਨੂੰ ਲੈ ਕੇ ਕੱਲ ਜਿਸ ਢੰਗ ਦੇ ਨਾਲ ਰਾਜਾ ਵੜਿੰਗ ਦੀ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਸਣੇ ਹੋਰ ਜਿਹੜੇ ਕਾਂਗਰਸ ਦੇ ਲੀਡਰ ਸੀ ਉਹ ਜਿਸ ਢੰਗ ਦੇ ਬਿਆਨ ਦਿੰਦੇ ਹੋਏ ਨਜ਼ਰ ਆਏ ਉਸ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਮੰਤਰੀ ਦਾ ਕੰਮ ਹੁੰਦਾ ਹੈ ਪਾਲਿਸੀ ਫਰੇਮ ਕਰਨਾ ਠੇਕੇਦਾਰ ਦਾ ਕੰਮ ਸੀ ਕੀ ਵੇਖੇ ਕਿ ਜਿਹੜੇ ਥੱਲੇ ਗੱਡੀਆਂ ਦੇ ਨੰਬਰ ਨੇ ਉਹ ਮੋਟਰਸਾਈਕਲ ਦੇ ਹੈਗੇ ਨੇ ਜਾਂ ਟਰੱਕ ਦੇ ਹੈਗੇ ਨੇ ਕਹਿੰਦੇ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਨਹੀਂ ਨਹੀਂ ਉਹ ਐ ਵੀ ਕਹਿੰਦੇ ਨਾਲ ਸਰਾਇ ਕਿ ਠੇਕੇਦਾਰ ਨੂੰ ਵਿਜੀਲੈਂਸ ਜੇਕਰ ਰਾਤ ਦੇ ਸਮਾਂ ਨੰਗਾ ਕਰਕੇ ਕਰੰਟ ਲਾਊਗਾ ਤੇ ਠੇਕੇਦਾਰ ਤੇ ਫਿਰ ਜਿਸ ਦਾ ਨਾਮ ਵੀ ਕੋਗੋ ਉਸ ਦਾ ਨਾਮ ਲੈ ਦੂਗਾ ਠੇਕੇਦਾਰ ਨੇ ਕਹਿੰਦੇ ਪੀਏ ਦਾ ਨਾਮ ਲਿਤਾ ਪੀਏ ਨੂੰ ਕਰੰਟ ਲਾਉਗੇ ਪੀਏ ਮੰਤਰੀ ਦਾ ਨਾਮ ਲੈ ਦੇਗਾ ਕਹਿੰਦੇ ਐ ਤੇ ਪੂਰੀ ਇੱਕ ਪੋਲਿਟਿਕਸ ਹੋ ਰਹੀ ਹੈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪਰ ਮੰਤਰੀ ਦਾ ਐ ਵੀ ਤਾਂ ਕੰਮ ਨਹੀਂ ਵੀ ਆਪ ਦੇ ਰਿਸ਼ਤੇਦਾਰ ਨੂੰ ਟੈਂਡਰ ਦਿਵਾਵੇ ਆਪਣੇ ਚਹੇਤਿਆਂ ਨੂੰ ਟੈਂਡਰ ਦਵਾਵੇ ਆਪ ਸਿੱਧਾ ਨਵਾਲ ਬਣਾਉਣ ਦੀ ਬਜਾਏ ਪਿਛਲੇ ਪਾਸੇ ਉਹ ਕੰਨ ਫੜਨ ਦਾ ਕੰਮ ਕੀਤਾ ਗਿਆ ਸੋ ਇਸ ਕਰਕੇ ਇਹ ਤਾਂ ਵੈਂਡੇਡ ਆ ਪੋਲੀਟਿਸਟ ਦਾ ਅ ਅੱਜ ਇੱਕ ਮੈਂ ਕਹਿ ਸਕਦਾ ਵੀ ਕਾਂਗਰਸ ਦੇ ਕੋਲ ਜਾਂ ਘੱਟੋ ਘੱਟ ਕਾਲੀ ਬੀਜੇਪੀ ਦਾ ਕਾਂਗਰਸ ਨੂੰ ਅੱਜ ਵੈਂਡੇਟਾ ਪੋਲਿਟਿਸਿਨ ਕਰਨ ਦਾ ਕਹਿਣ ਦਾ ਅਧਿਕਾਰ ਨਹੀਂ ਹੈ ਪਿਛਲੇ 15 ਸਾਲਾਂ ਦਾ ਇਹਨਾਂ ਦਾ ਜਿਹੜਾ ਰਾਜ ਪ੍ਰਬੰਧ ਆ ਉਹ ਅਸੀਂ ਆਪਣੀ ਅੱਖਾਂ ਸਾਹਮਣੇ ਦੇਖਿਆ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਇਸ ਕਰਕੇ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਦੇ ਦਾਇਰੇ 'ਚ ਜਿਹੜਾ ਵੀ ਬੰਦਾ ਆਊਗਾ ਉਹ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਅੱਜ। ਕੱਲ ਜਿਹੜਾ ਅਫਸਰ ਤੁਸੀਂ ਡਿਸਮਿਸ ਕੀਤਾ ਐ ਵੀ ਕਿਹਾ ਗਿਆ ਕਿ 2017 ਦੇ ਵਿੱਚ ਕੁਝ ਚਾਰ ਸ਼ੀਟਾਂ ਵੀ ਉਸ ਅਫਸਰ ਦੇ ਨਾਂ ਤੇ ਸੀ ਜਿਹੜੀ ਬਾਤ ਦੇ ਵਿੱਚ ਖਤਮ ਕਰ ਦਿੱਤੀਆਂ ਗਈਆਂ। ਉਹਨਾਂ ਚਾਰ ਸ਼ੀਟਾਂ ਦੇ ਵਿੱਚ 86 ਕਰੋੜ ਦਾ ਵੀ ਕਿਹਾ ਗਿਆ ਕਿ ਜ਼ਿਕਰ ਹੈ। ਕੀ ਉਹਨਾਂ ਚਾਰ ਸ਼ੀਟਾਂ ਦੀ ਵੀ ਤੁਸੀਂ ਇਨਵੈਸਟੀਗੇਸ਼ਨ ਕਰਾਉਣ ਜਾ ਰਹੇ ਹੋ ਕਿ ਉਹ 86 ਕਰੋੜ ਜਿਹੜਾ ਉਹ ਵੀ ਰਿਕਵਰ ਹੋ ਸਕੇ? ਮੈਂ ਤਾਂ ਪਿਛਲੇ 4.5 ਮਹੀਨਿਆਂ ਤੋਂ 5 ਮਹੀਨਿਆਂ ਤੋਂ ਇਸ ਡਿਪਾਰਟਮੈਂਟ ਨੂੰ ਚਲਾ ਰਿਹਾ ਹਾਂ ਔਰ ਅਸੀਂ ਤਾਂ 4.5 5 ਮਹੀਨੇ ਇਹਨਾਂ ਦੇ ਬੀਜੇ ਕੰਡੇ ਅਸੀਂ ਚੁਗ ਰਹੇ ਹਾਂ ਜਿੱਧਰ ਹੱਥ ਪਾਨੇ ਉੱਥੇ ਉੱਥੇ ਗਲਿਆ ਸੜਿਆ ਮਲ ਸਿਸਟਮ ਨਿਕਲ ਰਿਹਾ ਉੱਥੇ ਹੀ ਘਟਾਲਾ ਨਿਕਲ ਰਿਹਾ ਕੋਈ ਜੀਰੇਜ਼ ਨਿਕਲ ਰਿਹਾ ਕੋਈ ਪਟਿਆਲੇਜ਼ ਨਿਕਲ ਰਿਹਾ ਕੋਈ ਜੰਡੇਆਲੇਜ਼ ਨਿਕਲ ਰਿਹਾ ਸੋ ਇਹ 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 ਪਟਾਲ ਦਾ ਪਾਰਟ ਹੈਗਾ ਯਾ ਲਗਾਤਾਰ ਉਦੇ ਤੇ ਵਰਕ ਚੱਲ ਰਿਹਾ ਹੈ ਵਿਦਨ ਡਿਪਾਰਟਮੈਂਟ ਵੀ ਔਰ ਅਸੀਂ ਚਾਹੁੰਦੇ ਆ ਕਿ ਕਲੀਨ ਸਿਸਟਮ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ ਮਿਲੇ ਮੇਰਾ ਵਿਭਾਗ ਵੀ ਖਾਸ ਕਰਕੇ ਮੈਂ ਮੇਰੀ ਇਹ ਮੇਰੇ ਕੋਰਸਸ ਹੈਗੀ ਆ ਮੇਰੀ ਮੇਰੇ ਮਨ ਦੇ ਅੰਦਰ ਇੱਕ ਤੀਬਰ ਜਿਹੜੀ ਇੱਛਾ ਵੀ ਅਸੀਂ ਇਹਨੂੰ ਜਿਹੜਾ ਡਿਪਾਰਟਮੈਂਟ ਕਿਉਂਕਿ ਲੋਕਾਂ ਨਾਲ ਬਹੁਤ ਸਿੱਧਾ ਜੁੜਿਆ ਸਾਡਾ ਫੂਡ ਸਪਲਾਈ ਦਾ ਵਿਭਾਗ ਆ ਸੋ ਇਹਨੂੰ ਵੀ ਕਲੀਨ ਕਰੀਏ ਇਹਦੇ ਅੰਦਰ ਉਹ ਜਿੱਥੇ ਜਿੱਥੇ ਕੋਈ ਸਾਡੇ ਨੋਟਿਸ ਆਂਦਾ ਸੀ ਕਾਰਵਾਈ ਕਰਦੇ ਮੈਂ ਕੱਲ ਹੀ ਪਟਿਆਲੇ ਸ ਜਾ ਕੇ ਆਇਆ ਉਸ ਥਾਂ ਨੂੰ ਦੇਖਾ ਜਿੱਥੇ ਬੜਾ ਵੱਡਾ ਸਕੈਮ ਹੋਇਆ 3 ਕਰੋੜ ਰੁਪਏ ਦਾ ਸੋ ਇਹ ਜੇ ਮੂਲ ਰੂਪ ਚ ਕਹਿਣਾ ਹੋਵੇ ਇਮਾਨਦਾਰੀ ਦੇ ਨਾਲ ਬਿਨਾ ਕਿਸੇ ਸਿਆਸੀ ਇਲਜ਼ਾਮ ਤੋਂ ਤਾਂ ਬਿਨਾ ਸਿਆਸੀ ਸ਼ਲਟਰ ਤੋਂ ਬਿਨਾ ਸਰਕਾਰ ਦੀ ਪਨਾਹ ਤੋਂ ਇਹ ਸਕੈਮ ਨਹੀਂ ਕੀਤਾ ਜਾ ਸਕਦਾ ਜੋ ਕਿਤੇ ਨਾ ਕਿਤੇ ਸਰਕਾਰਾਂ ਦੀ ਹੱਲਾਸ਼ੇਰੀ ਸਰਕਾਰਾਂ ਦਾ ਜਿਹੜੀ ਹੈ ਮਤਲਬ ਮੈਂ ਕਹਿ ਸਕਦਾ ਵੀ ਪਸਤ ਪਨਾਈ ਇਹਨਾਂ ਲੋਕਾਂ ਨੂੰ ਮਿਲਦੀ ਰਹੀ ਹੈ ਤੇ ਉਹਨਾਂ ਨੇ ਵੱਡੇ ਵੱਡੇ ਸਕੈਮ ਕੀਤੇ ਓਵਰঅল ਜੇਕਰ ਗੱਲ ਕਰੀਏ ਕਿੰਨਾ ਕੁ ਕਿੰਨਾ ਕੁ ਵੱਡਾ ਘਟਾਲਾ ਲੱਗਦਾ ਕਿਉਂਕਿ ਚਲੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਰ ਵੀ ਕਿਹ 2000 ਕਰੋੜ 3000 ਕਰੋੜ ਕਿਹ ਹਜੇ ਸ਼ੁਰੂਆਤੀ ਦੌਰ ਚ ਅਗਰ ਆਪਾਂ ਅੰਕਲਨ ਦੀ ਗੱਲ ਕਰੀਏ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨਾ ਕੁ ਵੱਡਾ ਘਟਾਲਾ ਨਹੀਂ ਲੱਖ 2 ਲੱਖ ਦੇ ਤਾਂ ਘਟਾਲੇ ਪਸੰਦ ਨਹੀਂ ਨਾ ਲੋਕਾਂ ਨੂੰ ਸਵਾਦ ਹੀ ਨਹੀਂ ਆਉਂਦਾ ਇਹ ਤਾਂ ਕਰੋੜਾਂ ਚ ਕਰਨ ਕਰਨਗੇ ਫਿਰ ਮਜ਼ਾ ਆਣ ਨੂੰ ਆਉਂਦਾ ਸੋ ਪਰਤਾਲ ਚੜ ਰਹੀ ਹੈ ਮਤਲਬ ਪਰਤਾਲ ਦਾ ਇਹ 파ਟ ਹੈਗਾ ਆ ਸੋ ਮੈਂ ਮਤਲਬ ਮੈਨੂੰ ਲੱਗਦਾ ਤੇ ਇਹ ਵੱਡੀਆਂ ਵੱਡੀਆਂ ਮਤਲਬ ਮੱਛੀਆਂ ਵੱਡੇ ਲੋਕ ਨੇ ਜਿਨ੍ਹਾਂ ਨੇ ਸਾਰਾ ਗੁੱਜੇ ਇਨਜ਼ਾਮ ਦਿੱਤਾ ਹੈ ਸਾਬਕਾ ਮੰਤਰੀ ਦੀ ਭੂਮਿਕਾ ਇਸ ਦੇ ਵਿੱਚ ਸਪਸ਼ਟ ਹੋ ਚੁੱਕੀ ਹੈ ਕੀ ਭੂਮਿਕਾ ਸੀ ਅਜੇ ਅਜੇ ਇਹਦੀ ਪੜਤਾਲ ਚੱਲ ਰਹੀ ਹੈ ਔਰ ਜਿਹੜਾ ਵੀ ਇਹ ਪੜਤਾਲ ਦੇ ਵਿੱਚ ਇਨਵੋਲ ਹੋਇਆ ਉਹ ਤੁਹਾਡੇ ਸਾਹਮਣੇ ਆਉਣ ਅੱਜ ਆਜੂਗਾ ਕੱਲ ਆਜੂਗਾ ਤੁਸੀਂ ਕਹਿੰਦੇ ਪੜਤਾਲ ਚੱਲ ਰਹੀ ਹੈ ਫਿਰ ਕਾਂਗਰਸ ਇਨੀ ਫਿਕਰਮੰਦ ਕਿਉਂ ਹੈ ਕੱਲ ਵੀ ਵਿਜਲੈਂਸ ਦਫਤਰ ਜਾ ਰਹੇ ਨੇ ਕਹਿੰਦੇ ਅਸੀਂ ਵਿਜਲੈਂਸ ਅਧਿਕਾਰੀਆਂ ਨੂੰ ਕਹਾਂਗੇ ਕਿ ਜਿਹੜੇ ਜਿਹੜੇ ਵੀ ਸਾਡੇ ਮੰਤਰੀ ਤੁਹਾਡੀ ਜਾਂਚ ਦੇ ਦਾਇਰੇ ਚ ਆ ਉਹਨਾਂ ਨੂੰ ਬਿਠਾ ਲਓ ਹੱਤਕੜੀਆਂ ਲਾ ਲਓ ਇੱਥੇ ਹੀ ਪਰਚੇ ਦਰਜ ਕਰ ਦਿਓ ਆਮ ਤੌਰ ਤੇ ਕਿਹਾ ਜਾਂਦਾ ਜਿਹੜਾ ਚੋਰ ਹੁੰਦਾ ਜਿਆਦਾ ਰੋਲ ਉਹ ਹੀ ਪਾਉਂਦਾ ਠੀਕ ਹੈ ਨਾ ਜੇ ਐਡੇ ਸੱਚੇ ਸੋਚੇ ਨੇ ਸੰਤ ਨੇ ਦੁੱਧ ਤੋਤੇ ਨੇ ਤੇ ਆਪਦੇ ਕੰਮ ਕਰਨ ਵਿਜਲੈਂਸ ਨੂੰ ਆਪਣਾ ਕੰਮ ਕਰਨ ਦੇਣ ਵਿਜਲੈਂਸ ਦੇ ਦਫਤਰ ਟੱਕਰਾਂ ਮਾਰਨ ਦੀ ਕੀ ਲੋੜ ਹੈ ਜਦੋਂ ਉਹਨਾਂ ਨੂੰ ਲੋੜ ਪਊਗੀ ਉਹਨਾਂ ਨੇ ਆਪ ਹੀ ਲੈਣਾ ਤੁਹਾਨੂੰ ਮਤਲਬ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਆਸਤ ਦੇ ਅੰਦਰ ਜਿਹੜਾ ਇੱਕ ਮर्यादित ਕੰਮ ਹੁੰਦਾ ਲੋਕਾਂ ਦੇ ਵਿੱਚ ਟਰਾਂਸਪੈਂਸੀ ਰੱਖਣੀ ਲੋਕਾਂ ਦੇ ਮਤਲਬ ਜਿਹੜੇ ਆ ਉਹ ਦੁੱਖ ਦਾ ਜਿਹੜੇ ਦੂਰ ਕਰਨੇ ਲੋਕਾਂ ਨੂੰ ਕਰਪਸ਼ਨ ਰਹਿਤ ਜਿਹੜਾ ਸਿਸਟਮ ਦੇਣਾ ਚਾਹੀਏ ਉਹ ਪੰਚਾਇਤ ਦਾ ਹੋਵੇ ਚਾਹੀ ਉੱਪਰ ਹੋਵੇ ਸੋ ਮੈਂ ਮਹਿਸੂਸ ਕਰਦਾ ਆ ਕਿਤੇ ਨਾ ਕਿਤੇ ਜਿਹੜਾ ਰਾਜਨੀਤਿਕ ਲੋਕਾਂ ਨੇ ਪਿਛਲੇ ਸਮੇਂ ਦੇ ਅੰਦਰ ਖਾਸ ਕਰਕੇ ਰਵਾਇਤੀ ਪਾਰਟੀਆਂ ਦੇ ਉਹ ਬਹੁਤ ਵੱਡੇ ਮੈਕਾਸੀਨ ਸਕੈਮ ਹੋਏ ਆ ਔਰ ਸਹਜੇ ਸਹਜ ਜੋ ਵੀ ਹੋ ਹੈਗੇ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣ ਇਦਲੀ ਮਾਂਜੂਗ ਮੁੱਖ ਮੰਤਰੀ ਲਗਾਤਾਰ ਕੰਮ ਕਰ ਰਹੇ ਯਾਨੀ ਜਨਤਾ ਦੀ ਗਾੜੀ ਕਮਾਈ ਦੇ ਟੈਕਸਾਂ ਨਾਲ ਜਿਹੜਾ ਪੈਸਾ ਇਕੱਠਾ ਹੁੰਦਾ ਹੈ ਅਗਰ ਉਹ ਪੈਸਾ ਲੁੱਟਿਆ ਗਿਆ ਤੇ ਉਹ ਰਿਕਵਰ ਹੋਊਗਾ ਲਾਜ਼ਮੀ ਲਾਜ਼ਮੀ ਇਹਦੇ ਉੱਤੇ ਮਨ ਰੋਡ ਮੈਪ ਤਿਆਰ ਹੋਣਗੇ ਇਹਦੇ ਉੱਤੇ ਹੋਣਗੇ ਨਾ ਕੇਵਲ ਇਹਨਾਂ ਨੂੰ ਮਸਾਲੀ ਸਜਾਵਾਂ ਮਿਲ ਬਲਕਿ ਉਹ ਲੁੱਟਦਾ ਪੈਸਾ ਵੀ ਲੋਕਾਂ ਦੇ ਦੇ ਭਲੇ ਲਈ ਦੁਆਰਾ ਲੱਗੇ ਇਹ ਸਾਡੇ ਯਤਨ ਰਹਿ ਇੱਕ ਆਖਰੀ ਸਵਾਲ ਜਿਹੜੇ ਘੁਟਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਘੁਟਾਲੇ ਦੇ ਸਾਰੇ ਵਰਕੇ ਕਦੋਂ ਤੱਕ ਓਪਨ ਹੋ ਜਾਣਗੇ ਕਦੋਂ ਤੱਕ ਕਲੀਅਰ ਹੋ ਜਾਏਗਾ ਕਿ ਕਿੰਨਾ ਵੱਡਾ ਸਕੈਮ ਹੈ ਔਰ ਕਿਸ-ਕਿਸ ਦੀਪੂ ਮੁਕਾਸੀ ਨਹੀਂ ਤੈਸੇਮਾ ਦੇ ਕੋਈ ਨਹੀਂ ਇਹ ਤਾਂ ਪਤਾ ਨਹੀਂ ਇੱਕ ਜਾਂਚ ਚੱਲ ਰਹੀ ਹੈ ਔਰ ਜਾਂਚ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ 2 ਦਿਨ 4 ਦਿਨ 5 ਦਿਨ ਜਿੰਨੇ ਵੀ ਲੱਗਦੇ ਆ ਸੋ ਇਹ ਜਾਂਚ ਦਾ ਪਾਰਟ ਹੈਗਾ ਆ ਇਹਦੇ ਤੇ ਕੋਈ ਤੈਹ ਡਿਡ ਨਹੀਂ ਆਪਾਂ ਕਹਿ ਸਕਦੇ ਜਲਦੀ ਇਹ ਕੰਮ ਜਿਹੜਾ ਲੋਕਾਂ ਸਾਹਮਣੇ ਆਊਗਾ ਬਿਲਕੁਲ ਦੇਖੋ ਜਲਦੀ ਆ ਕੰਮ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਊਗਾ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਬਿਲਕੁਲ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਮੰਤਰੀ ਕਹਿੰਦੇ ਹੋਏ ਨਜ਼ਰ ਆਏ ਕਿ ਵੱਡੇ ਘਟਾਲੇ ਹੋਏ ਨੇ ਸਰਕਾਰ ਦੀ ਸਰਪ੍ਰਸਤੀ ਸੀ ਤਾਂ ਹੀ ਆ ਘਟਾਲੇ ਹੋਏ ਨੇ ਜਿਨ੍ਹਾਂ ਦੀ ਜਾਂਚ ਹੋ ਰਹੀ ਹੈ ਔਰ ਛੇਤੀ ਉਹ ਸਾਰੇ ਚਿਹਰੇ ਵੀ ਬੇਨਕਾਬ ਹੋਣਗੇ ਜਿਹੜੇ ਭ੍ਰਸ਼ਟਾਚਾਰ ਦੇ ਵਿੱਚ ਸ਼ਮੂਲੀਅਤ ਰੱਖਦੇ ਸੀ ਵੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾਮੈਨ ਦੀਪਕ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਦੀ ਗਰੰਟੀ ਨਾਲ ਸਮਾਧਾਨ ਵਸ਼ਿਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਿਹੜੇ ਤੋਂ ਬਾਅਦ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਬੰਨ ਜਾਦੂ ਟੋਣਾ ਮਨਮੋਣੀ ਵਸ਼ਿਕਰਨ ਕਰਵਾਉਣਾ ਜਾਂ ਤੋੜਵਾਉਣਾ ਸਤਤ ਦੁਸ਼ਮਨ ਤੋਂ छुटਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221